ਰੋਟੀ ਨੀ ਖਾਂਦਾ ਤੂੰ? ਮੈਂ ਨਹੀਂ ਜਾਂਦਾ ਕਿਤੇ। ਮੈਨੂੰ ਪਤਾ ਨਾ ਤੂੰ ਚਲੇ ਜਾਣਾ, ਤੈਨੂੰ ਲੱਗ ਗਿਆ ਖੰਭ ਹੁਣ। ਪਾਪਾ ਮੈਂ ਹੱਥ ਜੋੜਦਾ, ਤੂੰ ਡਾਰੀਆਂ ਮਾਰ ਜਾਣੀਆਂ। ਪਾਪਾ ਮੈਂ ਹੱਥ ਜੋੜਦਾ, ਮੈਨੂੰ ਛੱਡ ਦੇ। ਤੂੰ ਮੈਂ ਨਾ ਭਾਵੇਂ ਪੈਰ ਵੀ ਜੋੜ ਹਾਂ ਮੇਰੇ ਗਾੜੀ। ਇੱਥੇ ਬੜਾ ਰਵਾ ਪੈਂਦਾ, ਸਾਰਾ ਰਵਾ ਪੈਂਦਾ। ਕਰਦਾ ਕੀ ਆ ਇਹ? ਕੀ ਕਰ ਗਿਆ ਉਹ? ਕੋਈ ਗੱਲ ਨਹੀਂ ਭਾਉ, ਕੋਈ ਗੱਲ ਨਹੀਂ ਜੀ। ਨਸ਼ੇ ਬੰਨ ਕੇ ਛੱਡਣਾ ਬੰਦੇ ਦੀ ਲੱਤ ਬੱਧੀ ਆ, ਤੂੰ ਪਾਪ ਕਰ ਲਿਆ ਏ। ਪਾਪ ਨੀ ਗਾ ਕੋਈ ਵੀ, ਪਾਪ ਨੀ ਗਾ ਤੇ ਇਹ ਤਾਂ ਮੁੜ ਕੇ ਤੁਰਿਆ ਫਿਰਦਾ ਬਾਹਰ ਅੱਗੇ ਲੱਗਾ ਏ। ਉਦਾਂ ਟੱਕੋ ਕੰਮ ਕਰਾ ਕੇ ਉਦਾਂ ਨਹੀਂ ਲੱਗਦਾ, ਤੁਸੀਂ ਜਿੰਨਾ ਪਾ ਗਿਆ ਉਹ ਨਹੀਂ ਰਹਿੰਦਾ। ਉਦਾਂ ਦੇ ਜੁੜੀ ਗਾ ਜਾਂਦਾ ਏ, ਇਹਦੇ ਪਹਿਲੇ ਕਿਹਨੇ ਸਾਨੂੰ ਦਾਹ ਨਹੀਂ ਦਿੰਦਾ। ਮੈਂ ਪਤਾ ਕਿੰਨਾ ਪਾਪ ਆ ਉਹ ਪਤਾ ਤਾਂ ਹੈਗਾ ਵਾ, ਹੁਣ ਕਿੱਦਾਂ ਕੀ ਕਰੀਏ? ਪੁੱਠੇ ਕੰਮ ਕਰਦਾ ਤੂੰ, ਪੁੱਠੇ ਕੰਮ ਨਹੀਂ ਹੈ ਕੋਈ ਵੀ। ਪੁੱਠੇ ਲਿਆ ਚਾਬੀ ਰਾ, ਉਹ ਗੱਲ ਸੁਣ, ਉਹ ਚਾਬੀ ਲਿਆ, ਮੇਰੀ ਤਾਂ ਗੱਲ ਸੁਣ ਲੈ, ਮੇਰੀ ਸੁਣ ਲੈ ਗੱਲ ਉਹਦਾ। ਉਹ ਜਾ ਉਹਦੇ ਲਾਗੇ ਨਾ ਜਾ, ਤੂੰ ਲਾਗੋ ਕਦੇ ਨਹੀਂ ਜਾ, ਓਏ ਉਹਦੇ ਲਾਗੇ ਨਾ ਜਾ, ਤੂੰ ਰਹਿਣ ਤੇ ਉਹਦੀ ਗੱਲ ਤੂੰ ਛੱਡ ਦੇਣਾ। ਉਹਦੀ ਇਸਲੀਏ ਦਾ ਪਤਾ ਲੱਗ ਜੂਗਾ ਨਾ, ਤਾਂ ਫਿਰ ਦੇਖ ਕੇ ਆਗੇ। ਸੁਣ ਮੇਰੀ ਗੱਲ, ਪਤਾ ਕਰ ਤੋ ਤਾਂ ਦੱਸ। ਓਏ ਸਿਆਣਾ ਭੈਣਾ ਯਾਰ, ਕਿਉਂ ਪੰਚਾਇਤਾਂ 'ਚ ਬਹਿਣ ਵਾਲਾ ਇਨਸਾਨ ਨੂੰ ਜਿੰਮਾ ਮਾਰਿਆ। ਓਏ ਇਹਦੇ ਮਾਂ ਪਿਓ ਆਉਂਦੇ ਵੀ ਸਾਡੇ ਕੋਲ ਇਹ ਕੰਮ ਨਹੀਂਗਾ ਹੁੰਦਾ, ਸਾਡੇ ਕੋਲ ਨਹੀਂ ਬਜਣਾ, ਤੇ ਤੂੰ ਭਾਉ ਲੈ ਜਾਓ। ਜੇ ਤੁਹਾਡੇ ਕੋਲ ਨਸ਼ਿਆਂ ਤੋਂ ਛਡਾਇਆ ਜਾਂਦਾ ਤੇ ਇੱਕ ਜ਼ਿੰਦਗੀ ਬਚ ਜਾਣੀ। ਯਾਰ ਉਹ ਕਿਹੜਾ ਮਾਂ ਪਿਓ ਜਿਹੜਾ ਦਾ ਮੇਰੇ ਮੁੰਡੇ ਨੂੰ ਜਿੰਦਾ ਮਾਰ ਕੇ ਕੈਦ ਕਰ ਲਾ? ਇੱਕ ਮਿੰਟ, ਉਹ ਆਂਦੇ ਵੀ ਸਾਡੇ ਕੋਲ ਨਹੀਂ ਵੱਜਣਾ, ਵੀ ਸਾਨੂੰ ਦੁੱਖ ਲੱਗਦਾ ਇਹ ਗੱਲ ਦਾ, ਤੂੰ ਲੈ ਜਾ ਇਹਨੂੰ ਛਡਾ ਦੇ। ਕਿਹੜਾ ਕੋਈ ਦੁੱਖ ਨਹੀਂ ਇਹਦਾ, ਨਹੀਂ ਦੁੱਖ ਲੱਗਦਾ ਮੈਨੂੰ ਵੀ, ਬੰਨਣ ਲੱਗਿਆ ਕਿਹੜਾ ਨਹੀਂ ਦੁੱਖ ਲੱਗਦਾ। ਫੇਰ ਪਰ ਇਹਨੇ ਨਿਕਲ ਜਾਣਾ ਹੀ ਇੱਥੋਂ। ਨਹੀਂ ਨਿਕਲਦਾ, ਉਹ ਨਿਕਲ ਜਾਣਾ ਮੈਨੂੰ ਪਤਾ ਨਾ। ਉਹ ਤੂੰ ਜਾਣਦਿਆ ਕਰ ਯਾਰ, ਤੇ ਤੂੰ ਪਾਉ, ਤੂੰ ਇਹ ਗੱਲ ਛੱਡ। ਹਾਂ ਤੂੰ ਇਹਨੂੰ ਖੋਲ ਯਾਰ। ਨਹੀਂ ਨਹੀਂ ਉਹ ਕੋਈ ਗੱਲ ਨਹੀਂ, ਤੂੰ ਰਹਿਣ ਦੇ। ਵੇ ਮੈਂ ਜਾ ਸੁਣ, ਮੈਂ ਤੇਰਾ ਵੱਡਾ ਭਰਾ, ਤੈਨੂੰ ਤਾਂ ਕਹਿਣ ਦਿਆ ਮੈਂ ਪਾਉ, ਮੈਂ ਤੇਰੀ ਕਦਰ ਕਰਦਾ ਪਰ ਇਹ ਕੰਮ ਮੇਰੇ ਕੋਲ ਨਾ ਕਰਾ, ਕਿਉਂਕਿ ਇਹਨੇ ਨਿਕਲ ਜਾਣਾ ਹੀ। ਉਹਦੇ ਮਾਂ ਪਿਓ ਨੂੰ ਮੈਂ ਕੀ ਜਵਾਬ ਦਊਂ ਇਹਦੇ ਨੂੰ? ਉਹ ਨਹੀਂ ਨਿਕਲਦਾ ਯਾਰ, ਮੈਂ ਹਾਂ ਨਿਕਲ ਜਾਣਾ ਇਹਨੇ। ਪਾਉ ਨਿਕਲ ਗਿਆ ਨਾ, ਉਹਨਾਂ ਨੇ ਮੈਨੂੰ ਮੇਰੀ ਜ਼ਿੰਦਗੀ ਦੀ ਇਸਲੀਏ ਦਾ ਮੈਨੂੰ ਪਤਾ ਲੱਗ ਗਿਆ ਨਾ, ਕੋਈ ਨੀ ਤੂੰ ਵੇਖ ਲਈ, ਕੋਈ ਗੱਲ ਨੀ ਗਿਆ ਮੈਂ ਦੱਸਦਾ। ਤੂੰ ਬੰਦੇ ਨੂੰ ਬੰਨ ਕੇ ਤੇ ਪੱਠੇ ਪੱਠਿਆਂ ਵਾਲੇ ਨਹੀਂ ਨਿਕਲਦਾ, ਜੋ ਪੱਠੇ ਵੜਦਾ ਤੇਰੇ ਨਾ ਰਹਿੰਦਾ ਵਾ, ਨਾ ਰਹਿੰਦਾ ਸੋਨੂੰ, ਨਾ ਰਹਿੰਦਾ ਵਾ, ਸੋਨੂੰ ਰਹਿੰਦਾ ਵਾ, ਕਿਆ ਰੱਖੀਦਾ ਵਾ ਹੁਣ? ਤੂੰ ਡੰਗਰ ਵਾਲੇ ਅੰਦਰ ਬੜਦਾ ਕੋੜੇ ਕੋ ਨਹੀਂ, ਕੋਈ ਗੱਲ ਨਹੀਂ ਗੀ, ਕੋਈ ਗੱਲ ਨਹੀਂ, ਤੂੰ ਮੈਂ ਰਹਿ ਉੱਥੇ। ਓਏ ਨਹੀਂ ਕੋਈ ਨਹੀਂ ਪਾਉਗਾ, ਮੈਂ ਤੂੰ ਆਪਣੀ, ਤੂੰ ਆਪਣਾ ਕੰਮ ਕਰ, ਬਸ ਕੰਮ ਕਰ। ਤੂੰ ਆਪਣਾ ਇਨਸਾਨ ਨੂੰ ਜਿੰਦਾ ਮਾਰ ਕੇ ਰੱਖਿਆ, ਤੂੰ ਕਿੱਡਾ ਪੱਧਰਾ ਕੰਮ ਕੀਤਾ, ਓਦਾਂ ਪੰਚਾਇਤਾਂ 'ਚ ਬਹਿੰਦਾ ਫਿਰਦਾ। ਲੈ ਹੱਦ ਹੋਈ ਕਿ ਨਹੀਂ, ਮੈਨੂੰ ਡਿਆ ਸਲਾਵਾਂ ਦੇਣ ਆ ਗਿਆ ਮੈਨੂੰ। ਚੱਲ ਜਾ ਚੁੱਪ ਕਰਕੇ, ਬੈਲਰ ਮਾਰਨਾ ਪਖੰਡ ਫੜਿਆ ਆ ਗਈ। ਚੁੱਪ ਕਰ, ਇਹਨੂੰ ਲੈ ਜਾਣਾ ਹੀ ਉਹ ਪਾਪੇ ਨਾਲ, ਮੁੜ ਕੇ ਵੇਖੇਗਾ ਤਾਂ ਗੱਲਾਂ ਮਾਰਦਾ ਹੈ। ਆਂਦਾ ਮੈਂ ਤੈਨੂੰ ਮੁੜ ਕੇ ਵੇਖੂੰਗਾ, ਅਖੇ ਜਦੋਂ ਮੁੜ ਕੇ ਸਰੀਰ ਦਾ ਪਤਾ ਲੱਗਾ। ਕੀ ਮੇਰੀ ਸਰੀਰ ਦਾ ਪਤਾ ਲੱਗੂਗਾ? ਰੋਟੀ ਪਾਣੀ ਦੇਣ ਦੇ ਆ, ਜਿੱਦਾਂ ਇਹਨੇ ਹਾਲਾਤਾਂ ਜਿੱਦਾਂ ਦੇ ਮੈਂ ਚੁੱਕ ਕੇ ਲੈ ਆਇਆ ਵਾਂ, ਕੀ ਗੱਲ? ਮੈਂ ਨਾ ਆਪਣੀ ਗੱਲ ਦੱਸੂਗਾ ਇਹਨੂੰ, ਜਿਹੜਾ ਕੋਈ ਆਊਗਾ ਵੇਖੂੰਗਾ ਨਾ ਮੈਂ ਉਹਨੂੰ। ਮੈਂ ਕਿਹਾ ਤੂੰ ਮੈਨੂੰ ਆਖੀ ਜਾਣਾ ਵਾ ਇਹਨੂੰ ਵੱਡਾ ਵਾ, ਇਹ ਪਤਾ ਕੀ ਕਰਦਾ ਵਾ, ਇਹ
ਪੈਲੀਆਂ ਦੇ ਵਿੱਚੋਂ ਨਹੀਂ ਭੱਜ ਜਾਂਦਾ ਈ ਓ ਤੇ ਤੂੰ ਤੇਰਾ ਇਰਾਦਾ ਵੀ ਖਰੇ ਓਦਾਂ ਹੀ ਇਹਨੂੰ ਬੱਧਾ ਓਏ ਤੂੰ ਬੱਧਾ ਈ ਓਦਾਂ ਓਦਾਂ ਨਹੀਂ ਉਹ ਬੱਧਾ ਸੁਣ ਲੈ ਮੇਰੀ ਗੱਲ ਸੁਣ ਲੈ ਤੂੰ ਪਹਿਲਾਂ ਤੂੰ ਬੱਧਾ ਓਦਾਂ ਤੂੰ ਓ ਮੇਰਾ ਨਿੱਕਾ ਭਰਾ ਜਿੱਦਣ ਮੈਨੂੰ ਸ਼ਰੀਅਤ ਦਾ ਪਤਾ ਲੱਗ ਗਿਆ ਨਾ ਮੈਂ ਇਹਦਾ ਜਿੰਦਾ ਖਲਾਉਣਾ ਤੇ ਤੇਰੇ ਰੋਣਾ ਫੇਰ ਨਾ ਕਹੀ ਮੇਰਾ ਤੂੰ ਮੇਰਾ ਭਰਾ ਜੋ ਮਰਜ਼ੀ ਕਰ ਲਈ ਜਿੱਦਾਂ ਜੇ ਹੋ ਕਰਦਾ ਤੂੰ ਇਹ ਬਹੁਤ ਧੱਕਾ ਕਰਦਾ ਉਹਦੇ ਨਾਲ ਤੇ ਤੂੰ ਕਿਹੜਾ ਸਹੀ ਕੀਤਾ ਕੀ ਮੈਂ ਕੀਤਾ ਸ਼ਰਾਬ ਦੇ ਤੂੰ ਉੱਥੇ ਰੱਖੀ ਸ਼ਰਾਬ ਤਾਂ ਬੰਮੀ ਆਪੇ ਫੜ ਕੇ ਪੀ ਆਏ ਤੇ ਜੇ ਤੁਸੀਂ ਰੱਖਣੀ ਆ ਤੇ ਤੁਸੀਂ ਆਪਣੇ ਪਿੰਡ ਜਾ ਕੇ ਰੱਖੋ ਘਰ ਰੱਖੋ ਸੁਣੀ ਬੰਮੀ ਆ ਕੀਤਾ ਕਿਹੜਾ ਪਿੰਡਾ ਪੀਆ ਉੱਥੇ ਸੁੱਟ ਗਿਆ ਵਾ ਮੈਂ ਉੱਥੇ ਭੱਠੀ ਲਾਈ ਆ ਇਹ ਆਂਦਾ ਮੈਂ ਉੱਥੋਂ ਪੀਤੀ ਹੁਣ ਜੇ ਤੈਨੂੰ ਆਖਿਆ ਉਹਨੂੰ ਛੱਡ ਦੇ ਤਾਂ ਤੂੰ ਮੈਨੂੰ ਆਖਿਆ ਸ਼ਰਾਬ ਤੂੰ ਰੱਖਤੀ ਉੱਥੇ ਨਹੀਂ ਨਹੀਂ ਤੇ ਫਿਰ ਨਸ਼ੇ ਹੀ ਲੱਗਾ ਯਾਰ ਯਾਰ ਤੂੰ ਇਹ ਚੀਜ਼ਾਂ ਇੱਥੇ ਲਾ ਕੇ ਛੱਡ ਕੇ ਰੱਖਣੀਆਂ ਖੋਲ ਉਹਨੂੰ ਤੂੰ ਮੈਂ ਬੱਜਾ ਨਹੀਂ ਉਹ ਰਹਿਣ ਦੇਣਾ ਤੈਨੂੰ ਮੈਂ ਦੱਸ ਦੇਣਾ ਕੋਈ ਨੀ ਸ਼ਰੀਅਤ ਆ ਤੇਰਾ ਕੋਈ ਰਿਸ਼ਤੇਦਾਰ ਨੀਗਾ ਤੈਨੂੰ ਮੈਂ ਦੱਸਦਾ ਤੂੰ ਬੰਦੀ ਬਣਾਇਆ ਉਹਨੂੰ ਤੇ ਪੱਠੇ ਪੂਣਾ ਤੇ ਕੰਮ ਕਰਾਉਣਾ ਰਿਸ਼ਤੇਦਾਰ ਵਾ ਰਿਸ਼ਤੇਦਾਰ ਕਿਉਂ ਨਹੀਂ ਕੋਈ ਰਿਸ਼ਤੇਦਾਰ ਆ ਤੇਰਾ ਰਿਸ਼ਤੇਦਾਰ ਵੀ ਜਿੰਦੇ ਮਾਰ ਮਾਰ ਰੱਖੀ ਦਾ ਵਾ ਵੱਡਾ ਸਿਆਣਾ ਏ ਲੈਟਰੀਆਂ ਨਿਕਲਣੀਆਂ ਜਿੰਦਾ ਮਾਰਿਆ ਆਉਂਦੀਆਂ ਉਹ ਤੈਨੂੰ ਪਤਾ ਦੱਸਿਆ ਤੇ ਹੈਗਾ ਮੈਂ ਵੀ ਇਹਨੂੰ ਨਸ਼ੇ ਛਡਾਉਣ ਲਈ ਲਿਆਂਦਾ ਨਾ ਇੱਦਾਂ ਛਡਾਈ ਦਾ ਉਹ ਨਸ਼ੇ ਕੇਂਦਰ ਚਲਾ ਜਾਓ ਇਹਨੂੰ ਜੇ ਤੁਹਾਨੂੰ ਇੰਨਾ ਦੁੱਖ ਹੁੰਦਾ ਤੇ ਨਸ਼ੇ ਕੇਂਦਰ ਕਦੇ ਜਾ ਕੇ ਵੇਖਿਆ ਉੱਥੇ ਮਾਰਕੁੱਟ ਕਿੰਨੀ ਹੁੰਦੀ ਹੈ ਬੜੀ ਮਾਰਕੁੱਟ ਹੁੰਦੀ ਆ ਕਿ ਤੁਸੀਂ ਨਸ਼ਾ ਚ ਬੜਾ ਬਹੁਤ ਵਧੀਆ ਛਡਾਉਣ ਦੇ ਜੋ ਸਵੇਰ ਨੂੰ ਪੱਠੇ ਵਢਾ ਲੈਂਦੇ ਤੇ ਜਿੰਦਾ ਮਾਰਦੇ ਜੇ ਨਸ਼ਾ ਛਡਾਊਗਾ ਉਹ ਚੱਲ ਤਾਇਆ ਜੀ ਇਹਨੇ ਬਾਹਰ ਅੰਦਰ ਜਾਣਾ ਹੁੰਦਾ ਬਾਥਰੂਮ ਜਾਣਾ ਤੁਸੀਂ ਤਾਂ ਉਹਨੂੰ ਜੇਲ੍ਹ ਕੀਤੀ ਜੇਲ੍ਹ ਨੂੰ ਵੀ ਮਾੜਾ ਰੱਖਿਆ ਬਾਥਰੂਮ ਉੱਤੇ ਕੀਤਾ ਉਹਨੇ ਕੀਤਾ ਬਾਥਰੂਮ ਚ ਕਹਿਣਾ ਜੀ ਕਿਉਂ ਤੁਸੀਂ ਖੋਲਣਾ ਨਹੀਂ ਕਰਨਾ ਜੀ ਉਹਨੇ ਜੇ ਤਾਂ ਕੀਤਾ ਫਿਰ ਤੇ ਗੱਲ ਤਾਂ ਕਰੂਗਾ ਜੇ ਉਹਨੂੰ ਕੋਈ ਖਾਣ ਨੂੰ ਦਓਗੇ ਤਾਂ ਕਰੂਗਾ ਸਭ ਕੁਛ ਮਿਲਦਾ ਉਹਨੂੰ ਤਾਂ ਧੁੱਖ ਮਿਲਦਾ ਉਹਨੂੰ ਨਾਲੇ ਤੂੰ ਕਿਹੜਾ ਛਡਾਉਣ ਡਿਆ ਤੂੰ ਵੀ ਤੇ ਉਦੋਂ ਪਿਆ ਹੀ ਦਿੱਤੀ ਉੱਥੇ ਕੀ ਸ਼ਰਾਬ ਸ਼ਰਾਬ ਤੇ ਉਹਨੇ ਜੇ ਅੱਗੇ ਪੈਕ ਲਾ ਲਿਆ ਇੱਕ ਤੇ ਸ਼ਰਾਬ ਦਾ ਭੁੱਕੀ ਫੀਮ ਕੁੜੀਆਂ ਜੋ ਗੰਦ ਮਨ ਨੂੰ ਨੂੰ ਪਾਲ ਜਾਂਦੇ ਨੇ ਉਹ ਇੱਕ ਮੈਂ ਤੁਹਾਨੂੰ ਦੱਸਾਂ ਇੱਕ ਇਹ ਹੀ ਉਹ ਪਾਪ ਇੱਕ ਦਿਨ ਇਹੋ ਜਿਹਾ ਆਉਣਾ ਹੀ ਉਹ ਵੀ ਤੁਹਾਨੂੰ ਭੁਗਤਣੀਆਂ ਪੈਣੀਆਂ ਹੀ ਉਹ ਦੱਸਦੀ ਆਪਣੇ ਡੈਡੀ ਨੂੰ ਵੀ ਉਹ ਚੱਲ ਆਪੇ ਭੁਗਤੂ ਜਿੰਨੇ ਮਾਰਿਆ ਸਿੰਗਲ ਸਾਨੂੰ ਕੀ ਭੁਗਤੂ ਗੱਲ ਨਹੀਂ ਭੁਗਤਣ ਦੀ ਨਹੀਂ ਗੱਲ ਫਿਰ ਸਾਰਿਆਂ ਨੂੰ ਦੁੱਖ ਹੁੰਦਾ ਹੁੰਦਾ ਸਾਰੇ ਟੱਬਰ ਨੂੰ ਭੱਜ ਦੌੜ ਪੈਂਦੀ ਹੁੰਦੀ ਆ ਇਹ ਤੈਨੂੰ ਮੈਂ ਦੱਸਾਂ ਤੇ ਤੁਸੀਂ ਪੁੱਠੇ ਕੰਮ ਕਰਨ ਨੂੰ ਨਹੀਂ ਅੜਨਾ ਤਾਇਆ ਤੂੰ ਵੀ ਘੱਟ ਨਹੀਂ ਉਦਾਂ ਮੈਂ ਕੀ ਘੱਟ ਨਹੀਂ ਪੈ ਕੇ ਤੇ ਤੂੰ ਵੀ ਬੜੇ ਪੈ ਕੇ ਪੈ ਕੇ ਵੀ ਪੈ ਕੇ ਤੇ ਭੁੱਕੀ ਚ ਫਰਕ ਨਹੀਂਗਾ ਚੜਾਈ ਤੇ ਤੂੰ ਵੀ ਬੜੀ ਕਰਦਾ ਬੜੀ ਚੜਾਈ ਕੀਤੀ ਤੇਰੀ ਤੂੰ ਵੀ ਆਪਣੇ ਪਿਓ ਵਾਲੀਆਂ ਬੋਲੀਆਂ ਬੋਲਦਾ ਉਦਾਂ ਵੇਖ ਕੇ ਤੈਨੂੰ ਵੀ ਜਰਿਆ ਜਾਣ ਦਾ ਵੀਰਾਂ ਦੇ ਪੁੱਠੇ ਕੰਮ ਜਾਣ ਡਿਆ ਤੂੰ ਖੋਲ ਕੇ ਰੱਖ ਕੋਈ ਕੰਮ ਕਰਾਈ ਜਾਓ ਉਹਨੂੰ ਜਿੰਦਾ ਪੱਠੇ ਕੰਮ ਕਰਾ ਕੇ ਤੇ ਜਿੰਦਾ ਮਾਰ ਦਿੰਦੇ ਜੇ ਤੇ ਮੁੜ ਕੇ ਆਪ ਐਂ ਟਹਿਲਦੇ ਫਿਰਦੇ ਜੇ ਤਾਂ ਹੀ ਇਹੋ ਜਿਹਾ ਇਹੋ ਤਾਂ ਤੇਰੇ ਕੋਲ ਜਰਿਆ ਨਹੀਂ ਜਾਂਦਾ ਵੀ ਟਹਿਲਦੇ ਕਿਉਂ ਆ ਬਗਾਨੇ ਪੁੱਤ ਨੇ ਏਦਾਂ ਬਾਹਲੀ ਦਾ ਮਗਰੋਂ ਕਹਿੰਦੇ ਸਾਡਾ ਰਿਸ਼ਤੇਦਾਰ ਆ ਇਹ ਰਿਸ਼ਤੇਦਾਰ ਏਦਾਂ ਦਿੰਦੇ ਆ ਕਿਹੜਾ ਰਿਸ਼ਤੇਦਾਰ ਤੇਰਾ ਤਖਥੋਂ ਆ ਤੁਹਾਡਾ ਰਿਸ਼ਤੇਦਾਰ ਏ ਚੱਲ ਸਾਡਾ ਹੋਵੇ ਨਾ ਹੋਵੇ ਤੈਨੂੰ ਇਹ ਗੱਲਾਂ ਕੀ ਤਾਇਆ ਤੋ ਫਿਰ ਉਹਨੂੰ ਖੋਲੋ ਮੈਂ ਖਲਵਾ ਕੇ ਛੱਡਣਾ ਹੀ ਆਪਣੇ ਪਿਓ ਨੂੰ ਦੱਸਦੀ ਚੱਲ ਕੋਈ ਨਹੀਂ ਤੂੰ ਖਲਾ ਲਈ ਜਾ ਫਿਰ ਇਹ ਤੈਨੂੰ ਮੈਂ ਦੱਸਦਾ ਤੂੰ ਲਾਲਾ ਜਿਹੜਾ ਜੋ ਲਾਉਣਾ ਫਿਰ ਖਲਾਉਣਾ ਖਲਾਉਣਾ ਤੂੰ ਵੱਡਾ ਆਇਆ ਖਲਾਉਣਾ ਵਾ ਭੁੱਲਿਆ ਤੂੰ ਚੰਗਾ ਏਡਾ ਪੀੜ ਹੁੰਦੀ ਆ
ਲੂ ਵਗਣ ਡੈ ਪੈਣਾ ਵਾ ਟੁੱਟ ਜਾ ਤੂੰ ਕੌਣ ਪੀ ਗਿਆ ਮੱਝ ਪੀ ਗਈ ਆ ਇਹਦੇ ਪਾਣੀ ਹੀ ਤੈਨੂੰ ਤੇਲ ਲੱਗੀ ਪੀ ਗਿਆ ਕਦੇ ਕੌੜਾ ਪਾਣੀ ਵੀ ਵੇਖਿਆ ਈ ਮੈਨੂੰ ਕੀ ਪਤਾ ਵਾ ਕਦੀ ਮਿੱਠਾ ਪਾਣੀ ਹੋ ਜਾਂਦਾ ਕਦੀ ਕੌੜਾ ਪਾਣੀ ਹੋ ਜਾਂਦਾ ਤੈਨੂੰ ਪਾਣੀ ਤੇ ਸ਼ਰਾਬ ਚ ਕੋਈ ਅੰਤਰ ਹੀ ਨੀ ਆ ਪਤਾ ਸ਼ਰਾਬ ਨੀ ਵੀ ਹੁੰਦਾ ਵਾ ਉਹਨਾਂ ਕੀ ਹੁੰਦਾ ਵਾ ਆ ਬਾਹਣਾ ਲੈ ਕੇ ਵੀ ਤੇਰਾ ਪਾਣੀ ਲੱਗਦਾ ਪਾਣੀ ਹੈ ਪਾਣੀ ਆ ਕੌੜਾ ਪਾਣੀ ਆ ਮਾਮਾ ਕੌੜੇ ਪਾਣੀ ਦਾ ਮੇਰਾ ਬੇੜਾ ਕਰਕੇ ਰਾਤਾ ਹੀ ਆ ਖੋਲਦੇ ਆ ਮੈਨੂੰ ਖੋਲਦੇ ਤੈਨੂੰ ਮੇਰਾ ਤੇ ਵਾਸਤੇ ਚੱਲੇ ਤੈਨੂੰ ਮੈਂ ਮੱਝ ਦਾ ਸੰਗਲ ਖੋਲ ਕੇ ਵੀ ਪਾ ਦਾਂ ਪਾਪਾ ਮੈਨੂੰ ਬੰਨ ਗਿਆ ਵਾ ਕਿੰਨੇ ਵੀ ਪੱਠੇ ਵੱਡੇ ਆ ਖੋਲਦੇ ਆ ਮੇਰੀ ਜਿਹੜੀ ਸਵੇਰ ਦੀਆਂ ਜਾਨ ਤੇ ਬਣੀਆਂ ਮੈਂ ਮਹਾ ਕਿਸੇ ਕੋਲ ਮੰਗ ਕੇ ਲਈ ਸੀ ਪਹਿਲੇ ਤੋੜ ਦੀ ਮੈਂ ਉਹ ਦੂਜੇ ਭਾਪੇ ਕੋਲ ਮੰਗ ਲਿਆ ਕੋਲਾ ਪਾਣੀ ਦੂਜਾ ਭਾਪਾ ਕੱਢ ਕੇ ਬੈਠਾ ਨਾ ਤੇਰੇ ਲਈ ਪਾਇਆ ਭਾਂਡਾ ਨੇ ਉਹਨੇ ਦੇ ਦੇਣਾ ਮੈਨੂੰ ਖੋਲਦੇ ਆ ਮੈਨੂੰ ਤੂੰ ਦੂਜੇ ਭਾਪੇ ਦੀ ਭੂਆ ਦਾ ਮੁੰਡਾ ਨਾ ਦੇ ਦੇਣਾ ਤੈਨੂੰ ਉਹਨੇ ਉਹ ਭਾਪਾ ਕਹਿੰਦਾ ਮੈਂ ਦੇ ਦਿਆ ਕਰੂੰ ਰੋਜ਼ ਨੂੰ ਦੇ ਦਿਆ ਕਰੂੰਗਾ ਖੋਲਦੇ ਆ ਵੀਰ ਮੈਂ ਖੋਲ ਤੇ ਮੈਨੂੰ 2 ਲੀਟਰ ਦੀ ਬੋਤਲ ਲਿਆ ਦੇਗਾ ਫਿਰ ਹਾਂ ਮੈਂ ਲਿਆ ਦੂੰਗਾ ਤੇ ਜੇ ਨਾ ਲਿਆਂਦੀ ਭਾਪੇ ਤੇ ਦੇਣ ਦੀ ਗੱਲ ਵਾ ਤੇ ਮੈਂ ਇਹੋ ਸੰਗਲ ਪਾ ਕੇ ਤੇ ਪੁੱਠਾ ਲਮਕਾ ਦੇਣਾ ਖੂਹ ਚ ਤੇ ਇਹ ਭਾਪਾ ਦੁੱਧ ਪੀਈ ਆ ਉਹਦਾ ਕਹਿੰਦਾ ਮੈਂ ਦੇ ਦੂੰਗਾ ਕਹਿਣ ਚ ਤੇ ਕਰਨ ਚ ਬੜਾ ਫਰਕ ਹੁੰਦਾ ਵਾ ਉਹ ਭਰਾ ਉਹ ਤੇ ਮਰੀ ਮੱਖੀ ਨੀ ਕਿਸੇ ਨੂੰ ਦਿੰਦਾ ਉਹ ਤਾਂ ਤੈਨੂੰ ਪਤਾ ਨੀ ਕਿੱਦਾਂ ਉਹਨੇ ਪੈਗ ਲਵਾਤਾ ਵੀ ਮੈਨੂੰ ਚਾਹ ਪਿਆਲਦੇ ਹਾਂ ਚਾਹ ਪਿਆ ਦੇ ਤੈਨੂੰ ਚਾਹ ਦੀ ਪਈ ਆ ਮੇਰੀ ਜਾਨ ਤੇ ਬਣਾ ਕੇ ਮੈਂ ਸਵੇਰ ਲਈ ਰੱਖੀ ਸੀ ਵੀ ਚੱਲ ਸਵੇਰੇ 2 ਪੈਗ ਲਾ ਲਾਂਗੇ ਸਰੀਰ ਮੇਰਾ ਸਾਰਾ ਟੁੱਟਣ ਡਿਆ ਠੀਕ ਤੇ ਕਿੱਡੇ ਮਜ਼ੇ ਨਾਲ ਇੱਥੇ ਪਿਆ ਵਾ ਆਹ ਮਜ਼ੇ ਤੂੰ ਲੈ ਲਾ ਤੂੰ ਲੈ ਲਾ ਚੰਗਾ ਵਾ ਕਿ ਤੂੰ ਕੀ ਕਰਨਾ ਪਿਆਰ ਆ ਚੰਗਾ ਸਗੋਂ ਸਗਨ ਗੱਲ ਆਇਆ ਤੈਨੂੰ ਇੱਥੇ ਹੋਰ ਦੇ ਨੂੰ ਵੱਡੇ ਪੀੜ ਬੜੀ ਹੁੰਦੀ ਓ ਪਰ ਹਸਪਤਾਲ ਦਿਲ ਵੀ ਨਹੀਂ ਲੱਗਦਾ ਘਰ ਆਣ ਕੇ ਆਪਣਾ ਪਾਂਝਾ ਮਹਿਸੂਸ ਹੋਣ ਡਿਆ ਮੰਮੀ ਮੰਮੀ ਹਾਂ ਪੁੱਤ ਕੀ ਆ ਮੰਮੀ ਪੀੜ ਬੜੀ ਹੋਣ ਡਈ ਆ ਕੋਈ ਦਵਾਈ ਦੁਈ ਦੇ ਦੋ ਚੱਲ ਮੈਂ ਦਵਾਈ ਦੇਣੀ ਆ ਕੋਈ ਪੀੜਾ ਪੂੜਾ ਵਾਲੀ ਗੋਲੀ ਦੇ ਦੇ ਨਹੀਂ ਇੰਨੀ ਦਵਾਈ ਨੀ ਖਾਈ ਤੂੰ ਧਿਆਨ ਨਾ ਕਰ ਲੱਤ ਵਾਲ ਨੂੰ ਪੁੱਤ ਆਹ ਤੇਰੇ ਲੱਗ ਗਈ ਆ ਮੈਂ ਪੋਲੀ ਪੋਲੀ ਮਸਲਦੀ ਆ ਮੰਮੀ ਅੱਗੇ ਤੇ ਪੀੜ ਹੁੰਦੀ ਗਈ ਅੱਗੇ ਡਾਕਟਰ ਉੱਥੇ ਟੀਕਾ ਟੂਕਾ ਲਾ ਦਿੰਦਾ ਹੁੰਦਾ ਏ ਖਲੋ ਗਿਆ ਨਾੜਾਂ ਦੇ ਵਿੱਚ ਹੁਣ ਰਾੜ ਪਈ ਆ ਨਾ
ਤੂੰ ਨਾ ਹੱਥ ਲਾ ਮੇਰਾ ਪੁੱਤ, ਮੈਂ ਆਹ ਹੈਗੀ ਨਾ ਹੱਥ ਲਾਉਣ ਵਾਲੀ ਤੇਰੇ, ਵੇਖ ਲਾ ਆਪਣੇ ਘਰ ਕਿੰਨਾ ਫਾਇਦਾ ਵਾ। ਮੰਮੀ ਚੁੱਪ ਕਰ, ਦੱਸਾਂਗੇ ਤੈਨੂੰ। ਮੈਂ ਹੀ ਕਰਾਉਂਦੀ ਰਹੀ, ਇਹ ਜਿਹੜਾ ਪੁੱਤੋ ਨਾ ਇਹ ਕੁਛ ਨੀ ਕਰਦਾ ਭੋਲਾ। ਜਦੋਂ ਮੈਂ ਇਹਨੂੰ ਸਮਝਾਉਂਦਾ ਰਿਹਾ ਮੇਰੇ ਨਾਲ ਚੱਲ ਘਰ, ਮੇਰੇ ਨਾਲ ਚੱਲ ਘਰ, ਇਹੋ ਹੀ ਕੰਮ ਕਰਾਉਣੇ, ਫੇਰ ਹੀ ਤੂੰ ਆਉਣਾ, ਹੁਣ ਵੀ ਤੇ ਆਈ ਆ। ਮੈਨੂੰ ਦੱਸ ਨਾ ਮੈਂ ਫਿਰ ਕੀ ਕਰਾਂ, ਕਾਰਨਾਮੇ ਤੁਹਾਡੇ ਭੁਗਤਣ ਮੈਂ ਨਹੀਂ, ਨਾਲ ਮੇਰੀ ਆ ਵਿਚਾਰੀ ਚੱਪਾ ਜਿਹੀ ਜਵਾਕੜੀ ਡਈ ਭੁਗਤਣ ਨਾਲ। ਹੁਣ ਬਹਿ ਜਾ ਇੱਥੇ ਹੀ, ਕੋਈ ਨੀ ਮੈਨੂੰ ਜਿਹੜੀ ਪੁਲਿਸ ਆਊਗੀ। ਮੁੰਡੇ ਦੀ ਲੱਤ ਟੁੱਟ ਗਈ, ਹੁਣ ਮੈਂ ਕੀ ਕਰੂੰਗੀ, ਕਦੋਂ ਬਣਾਉਂਗੀ ਇੱਕ ਲੱਤ ਵਾਲਾ ਘਰ ਦਾ। ਤੂੰ ਤੇ ਮੇਰਾ ਮੁੰਡਾ, ਤੇਰੇ ਮਾਤਾ ਦਿਮਾਗ ਵਿੱਚ ਕਦੇ ਖਾਲੀ ਛਾ ਜੇ ਵੀ ਕਿਉਂ ਨਹੀਂ ਗੱਲ ਪੈਂਦੀ, ਲੱਤ ਨੂੰ ਬਣਾਉਂਗੀ ਨਹੀਂ ਉਹ ਬਚਨੇ। ਆਪਾਂ ਤੂੰ ਆਪਣੀ ਜ਼ੁਬਾਨ ਬੰਦ ਕਰ, ਕੰਧਾਂ ਦੇ ਵੀ ਕੰਨ ਹੁੰਦੇ ਆ, ਇੱਥੇ ਕੇ ਗਵਾਂਢੀ ਨੇ ਸੁਣ ਲਿਆ ਨਾ, ਜਿਹੜਾ ਨਹੀਂ ਮਰਨਾ ਉਹ ਹੁਣੇ ਘੰਟੇ ਨੂੰ ਆ ਜਾਣੀ ਪੁਲਿਸ। ਮੁੰਡਾ ਤਾਂ ਕਦੋਂ ਠੀਕ ਹੋਣਾ, ਮੈਨੂੰ ਲੱਗਦਾ ਅਟੈਕ ਆ ਜਾਣਾ ਜਦੋਂ ਤੂੰ ਮੈਨੂੰ ਗੱਲਾਂ ਦੱਸਣ ਡੈ ਪਏ ਜੋ ਆ ਕੇ। ਤੇਰੇ ਉਦਾਂ ਹੀ ਮਾਦਾ ਦਿਮਾਗ 'ਚ ਨੁਕਸ ਪੈ ਗਿਆ, ਤੈਨੂੰ ਗੱਲ ਦੀ ਸਮਝ ਨਹੀਂ ਲੱਗਣ ਦੀ। ਤੇਰਾ ਮੁੰਡਾ ਜਿਹੜਾ ਅੱਧਾ ਘਰ ਦਾ ਗੱਲ ਨਾ ਕਰਾਂ, ਨਾ ਕਰਾਂ ਕਾਹਦਾ ਕਤਲ ਕੀਤਾ ਵਾ। ਕੋਈ ਨਹੀਂ ਕਤਲ ਕੀਤਾ, ਇਹ ਥੋੜਾ ਬਹੁਤਾ ਕੰਮ ਕਰ ਹੁੰਦਾ ਹੀ ਰਹਿੰਦਾ ਬੰਦਿਆਂ ਕੋਲ ਹੀ ਹੁੰਦੇ ਆ।
ਆਹੋ ਸਾਬੀ ਤੱਕ ਗਿਆ ਨਾ ਉੱਥੇ ਤੂੰ ਤੇਰਾ ਮਹਾ ਲਾਡਾ ਨਾਲ ਪਾਲਿਆ ਤੈਨੂੰ ਮੈਂ ਲਾਡਾ ਨਾਲ ਪਾਲਿਆ ਤੇ ਆ ਸਿੱਖਿਆ ਇਹਨੂੰ ਚੰਗੀ ਦੇ ਦਿੰਦੀ ਮਾਤਾ ਸਿੱਖਿਆ ਤੇ ਮੈਂ ਚੰਗੀ ਦਿੱਤੀ ਸੀ ਇੱਥੇ ਤਾਂ ਮੇਰੇ ਘਰ ਤਾਂ ਕੋਈ ਕਤਲ ਨਾ ਹੋਇਆ ਤੇਰੇ ਘਰ ਹੀ ਜਾ ਕੇ ਉੱਥੇ ਕਤਲ ਕਰਨ ਡੈ ਪਈ ਉਹ ਜਦੋਂ ਤੂੰ ਉਹਨੂੰ ਬੋਲਣਾ ਇੱਦਾਂ ਦੇ ਦੱਸਣ ਦੀ ਆਪਣੀ ਬੋਲੀ ਤੁਹਾਡੀ ਬੋਲੀ ਬਾਣੀ ਤਾਂ ਉਹਨੇ ਸਿੱਖਣਾ ਹੋ ਤਾਂ ਮੇਰੇ ਦਰਦ ਬੜੀ ਹੋਣ ਦੀ ਉਹ ਲੱਤ ਨੂੰ ਇੱਕ ਆਣ ਕੇ ਤੂੰ ਸਿਰ ਪਟਨੇ ਲੈ ਲਿਆ ਵਾ ਤੇ ਜਿਹੜਾ ਉਦੋਂ ਦਾ ਸਾਡੇ ਨਾਲ ਠੀਕ ਹੋ ਭਾਂਡਿਆ ਤੈਨੂੰ ਕੋਈ ਪਤਾ ਵੀ ਤੂੰ ਇੱਥੇ ਆਉਂਦੀ ਤੂੰ ਕਿਉਂ ਦਰ ਦਰ ਭਟਕਣ ਡਈ ਆ ਤੂੰ ਦੱਸਦੀ ਹੋ ਨਾ ਉਹ ਮੇਰੀ ਕੁੜੀ ਨੂੰ ਲਈ ਫਿਰ ਨਹੀਂ ਤੂੰ ਕੀ ਪਤਾ ਨੂੰ ਦੱਸਦੀ ਜਿਹੜੇ ਆਪਾਂ ਦੋ ਚਾਰ ਦਿਨ ਬਚ ਗਏ ਨਾ ਇਹਦੀ ਨਹੀਂ ਬਚਣਾ ਦੁਕਾਨ ਪਾ ਕੇ ਦਿੱਤੀ ਦੁਕਾਨ ਤੇ ਬਹਿੰਦਾ ਉਦੋਂ ਦੀ ਦੁਕਾਨ ਵੀ ਬੰਦ ਕਰ ਛੁੜੀ ਇਹਨੇ ਪਰ ਬਸ ਫੇਰ ਮਿਰਤੀ ਹੈਗੀ ਗੱਲ ਮੈਂ ਹੀ ਕਸੂਰ ਵਾਲਾ ਮੇਰੀ ਗਲਤੀ ਹੈ ਮੈਂ ਹੀ ਇਹਨੂੰ ਕਿਹਾ ਸੀ ਮਾਰ ਬੰਦਾ ਨਾ ਮੇਰਾ ਓਏ ਸਿਰ ਖਾਓ ਹਟ ਜੋ ਓਏ ਟਲ ਜੋ ਓਏ ਟਲ ਜੋ ਮੇਰੀ ਤੇ ਲੱਤ ਪੀੜ ਹੋਣ ਦੀ ਕੌਣ ਤੈਨੂੰ ਵੇਖ ਕੇ ਸਿਰ ਪੀੜ ਹੋਣ ਲੱਗ ਪਿਆ ਵਾ ਸਾਬੀ ਤੂੰ ਮੈਨੂੰ ਕਿਹੜਾ ਦੱਸਿਆ ਤੂੰ ਵੀ ਕਹਿਣਾ ਉਹ ਮੰਮੀ ਚੰਗੀ ਆ ਘਰ ਵਾਲੀ ਮੇਰੀ ਚੰਗੀ ਆ ਘਰ ਮਾਂ ਮਾੜੀ ਹੋ ਗਈ ਤੇਰੀ ਉਹ ਮੈਂ ਤੈਨੂੰ ਸਾਰੀ ਉਮਰ ਚੰਗੀ ਕਹਿੰਦਾ ਆਇਆ ਵਾ ਮੈਂ ਇਹਨੂੰ ਕਦੋਂ ਮਾੜੀ ਕਿਹਾ ਮੰਮੀ ਕੋਈ ਨੀਂਦ ਨੂੰ ਦਲੀ ਗੋਲੀ ਹੈਗੀ ਤੇ ਦੇ ਦੇ ਨਹੀਂ ਤੇ ਡਾਕਟਰ ਕੋਲੋਂ ਫੜ ਕੇ ਲਿਆ ਦੇ ਪਟਾਕਣ ਡੋਰਾ ਨੂੰ ਦੱਸਿਆ ਮੈਂ ਆਪੇ ਇਹਨੂੰ ਵਰਜਦੀ ਆਪਣੇ ਘਰ ਲਿਆਉਂਦੀ ਤੇ ਪਹਿਲਾਂ ਕਿਉਂ ਨੀ ਵਰਜਿਆ ਜੰਮ ਕੇ ਏਡਾ ਵੱਡਾ ਕੀਤਾ ਹੀ ਆ ਸਤਾਈਆਂ ਅਠਾਈਆਂ ਸਾਲਾਂ ਦਾ ਤਾਂ ਉਦੋਂ ਦਾ ਕਿਉਂ ਨਾ ਵਰਜਿਆ ਹੁਣ ਤੁਸੀਂ ਇੱਕ ਦਿਨ ਚ ਵਰਜ ਕੇ ਨਹੀਂ ਮੇਰੇ ਘਰ ਤੇ ਇਹੋ ਜਿਹਾ ਕਿਤੇ ਡੰਡਾ ਨਹੀਂ ਇਹਨੇ ਕੁੱਤੇ ਨੂੰ ਮਾਰਿਆ ਜਿੱਦਾਂ ਦੇ ਹੁਣ ਇਹਨੇ ਕੰਮ ਕਰ ਛੁੜੇ ਰੱਖਣ ਡਈ ਤੂੰ ਤੇ ਮੈਂ ਉੱਥੇ ਨੂੰ ਬੰਦੇ ਮਾਰਨੇ ਸਿਖਾਉਂਦੇ ਆ ਫਿਰ ਮਾਤਾ ਦੱਸ ਨਾ ਮੈਨੂੰ ਵੀ ਮੈਂ ਤਾਂ ਬੰਦੇ ਮਾਰਦੀ ਰਹੀ ਆ ਤੈਨੂੰ ਵੀ ਨਾਲ ਲੈ ਕੇ ਸਿਖਾਉਂਦੇ ਆ ਜਦੋਂ ਤੈਨੂੰ ਮੈਂ ਟਾਲਦਾ ਰਿਹਾ ਸੁੱਖ ਘਰ ਨੂੰ ਚਲੀਏ ਸੁੱਖ ਘਰ ਨੂੰ ਚਲੀਏ ਮਾਂ ਤੇਰੀ ਜ਼ੋਰ ਲਾਉਂਦੀ ਰਹੀ ਵੀ ਘਰ ਨੂੰ ਚੱਲ ਜਾ ਕੁੜੀਏ ਘਰ ਨੂੰ ਚੱਲ ਜਾ ਤੂੰ ਵੀ ਨਾ ਇਹ ਚੰਨ ਚੜਾ ਕੇ ਹੀ ਆਈ ਆ ਹੁਣ ਆਹੇ ਇਹਦੀ ਮਾਂ ਹੀ ਮੈਨੂੰ ਫੋਨ ਕਰਦੀ ਕਿ ਆਪਣੇ ਪੁੱਤ ਨੂੰ ਲੈ ਜਾ ਭੈਣ ਜੀ ਆ ਗੱਲ ਮੈਂ ਉਦੋਂ ਦਾ ਹੀ ਆਪਣਾ ਪੁੱਤ ਘਰ ਲੈ ਆਉਂਦੀ ਹੁਣ ਜੋ ਘੱਲਿਆ ਵਾ ਲੱਤ ਤੋੜ ਕੇ ਤੇ ਨਾਲੇ ਕੇਸ ਵਾਧੂ ਦੇ ਪੈ ਜਾਣੇ ਹੁਣ ਜੇਲ੍ਹਾਂ 'ਚ ਧੱਕੇ ਖਾਵਾਂਗੇ ਸਾਰੇ ਟੱਬਰ ਹੀ ਮੈਨੂੰ ਕੀ ਪਤਾ ਸੀ ਮੈਂ ਤਾਂ ਤਿੱਥੇ ਕੱਲੀ ਲੰਮੀ ਪਈ ਰਹਿੰਦੀ ਹੁੰਦੀ ਹੈ ਸੋਚਾਂ ਸੋਚਦੀ ਹੁੰਦੀ ਮੇਰਾ ਟੱਬਰ ਘਰ ਆਵੇ ਮੇਰਾ ਟੱਬਰ ਘਰ ਹੈ ਪਤਾ ਨੀ ਮੇਰਾ ਟੱਬਰ ਜਾ ਕੇ ਉੱਥੇ ਬੈਠਾ ਵਾ ਤੇ ਖੁੱਟੀਆਂ ਸਿੱਧੀਆਂ ਊਜਾ ਲਵਾਉਣ ਡਿਆ ਵਾ ਟੱਬਰ ਪਾੜਨ ਵਿੱਚ ਵੀ ਮਾਤਾ ਤੇਰਾ ਹੀ ਕਸੂਰ ਆ ਕਿ ਇੱਦਾਂ ਨਹੀਂ ਹੈ ਸਾਰੇ ਕਾਰਨਾਮੇ ਤੂੰ ਹੀ ਕਰਦੇ ਰਹੇ ਇੱਕ ਤੁਹਾਡੀ ਕੰਜੂਸੀ ਨੇ ਘਰ ਖਾ ਲਿਆ ਤੇ ਇੱਕ ਤੁਹਾਡੇ ਪੁੱਤ ਨੇ ਅੱਜ ਤੈਨੂੰ ਪੁੱਤ ਦਿਖਣ ਡਿਆ ਉਦੋਂ ਦਾ ਤੂੰ ਕਿੱਥੇ ਹੀ ਪੁੱਤ ਵਾਲਾ ਹੈ ਅੱਜ ਤੈਨੂੰ ਇਹ ਦਿਖਣ ਡਈ ਹੈ ਜੇ ਇਹਦੇ ਵੱਲੋਂ ਸੋਚਿਆ ਹੁੰਦਾ ਤੇ ਆਹ ਕੁਛ ਨਾ ਕਰਦਾ ਜੋ ਕੁਛ ਕੀਤਾ ਵਾ ਇਹਦੇ ਵੱਲੋਂ ਤੂੰ ਇੱਕ ਦਿਨ ਵੀ ਨਾ ਸੋਚਿਆ ਚੁੱਪ ਕਰ ਜਾ ਇਹਨੂੰ ਮਾਰਨ ਦੇ ਚੱਕਰਾਂ ਵਿੱਚ ਤੇ ਤੂੰ ਮੈਨੂੰ ਵੀ ਆਪਣੇ ਨਾਲ ਰਲਾ ਛੜਿਆ ਮੇਰੀ ਵੀ ਜ਼ਬਾਨ ਤੇ ਤੇਰਾ ਦਾਤਰ ਹੋਵੇ ਨਾ ਤੇਰੀ ਮੈਂ ਜ਼ਬਾਨ ਨਿੱਕੀ ਨਿੱਕੀ ਕੱਟ ਕੇ ਰੱਖ ਲਾਂ ਤੇਰੀ ਮੈਂ ਜਿਹੜੀ ਇੰਨੀ ਤੂੰ ਬਕ ਬਕ ਕਰੀ ਜਾਂਦੀ ਬਿਨਾਂ ਵਜ੍ਹਾ ਤੋਂ ਸਿਰ ਪੜਨ ਜਾ ਉੱਠ ਜਾ ਇੱਥੋਂ
ਲਵਜੋਤ ਹੋਰ ਸਾਰੇ ਠੀਕ ਠਾਕ? ਹਾਂਜੀ ਮਾਸਟਰ ਜੀ ਠੀਕ ਠਾਕ ਆ। ਅੱਛਾ ਅੱਛਾ ਠੀਕ ਆ ਠੀਕ ਆ ਵਧੀਆ। ਪ੍ਰਾਹੁਣਾ ਠੀਕ ਆ? ਹਾਂਜੀ ਹਾਂਜੀ ਵਧੀਆ ਵਧੀਆ। ਹਾਂ ਇਹ ਟੇਕੇ ਨਹੀਂ ਬਹਿਣ ਡਿਆ, ਕੀ ਗੱਲ? ਇਹਨੂੰ ਤੂੰ ਵਰਜ ਕੇ ਨਹੀਂ ਰੱਖਦੀ ਲੱਗਦੀ? ਨਹੀਂ ਮਾਸਟਰ ਜੀ, ਅੱਜ ਕੱਲ ਦੇ ਨਿਆਣੇ ਕਿੱਥੋਂ ਟਿਕਦੇ ਨੇਗੇ। ਲੈ ਟਿਕਦੇ ਕਿਉਂ ਨਹੀਂ, ਮੇਰੇ ਕੋਲ ਆ ਇਹਨੂੰ ਰਹਿਣ ਦੇ, ਇੱਥੇ ਵੇਖੀ ਟਿਕਦਾ ਕਿੱਦਾਂ। ਚਲੋ ਕੋਈ ਨਾ, ਆਪਣਾ ਵੀ ਹੋਣਾ ਹੀ ਆ, ਫਿਰ ਪਤਾ ਲੱਗ ਜੂਗਾ ਕਿ ਨਿਆਣੇ ਟਿਕਦੇ ਕਿ ਨਹੀਂ ਟਿਕਦੇ। ਕੋਈ ਨਹੀਂ, ਚੱਲ ਚੰਗਾ ਵਾ। ਮੈਂ ਆ ਵੇਖੀ ਜੇ ਕੰਨ 'ਚ ਪਾਇਆ ਰੱਖੂ ਤੇ ਗੱਲ ਕਰੀ। ਖਾ ਲਓ ਕੋਈ ਸਮਝ ਨਹੀਂ। ਨਾ ਨਾ ਮੈਂ ਨਹੀਂ ਇਹ ਚੀਜ਼ਾਂ ਖਾਂਦਾ ਹੁੰਦਾ ਪੁੱਤ। ਖਾ ਲਓ ਇੱਕ। ਨਾ 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 ਨਾ, ਇਹ ਚੀਜ਼ਾਂ ਮੈਂ ਨਹੀਂ ਕਦੀ ਖਾਦੀਆਂ। ਵੇਖ ਕੀ ਲੈਣਾ ਓਏ, ਲੱਲਾ ਜੋ ਲੈਣਾ। ਪੁੱਤ ਤੂੰ ਜਿੱਦਾਂ ਬੋਲਦੀ ਆ, ਇਹੋ ਜਿਹਾ ਸਾਡੇ ਘਰ ਦਾ ਵਰਤਾਰਾ ਨੀ ਹੈਗਾ। ਕਿਉਂ ਮਾਸੀ ਜੀ, ਹੁਣ ਥੋੜੀ ਹੁੰਦਾ, ਹੁਣ ਤੇ ਮੈਂ ਵਿਆਹੀ ਗਈ, ਹੁਣ ਤੇ ਮੈਂ ਜਿਸ ਤਰ੍ਹਾਂ ਮਰਜ਼ੀ ਬੋਲ ਸਕਦੀ ਆ। ਧੀਏ ਵਿਆਹੀ ਗਈ ਆ, ਤੂੰ ਅੱਗੋਂ ਪਿੱਛੋਂ ਗੱਲਾਂ ਕਰਨੀ ਸਾਡੇ ਨਾਲ, ਇਹਦੇ ਸਾਹਮਣੇ ਨਾ ਗੱਲ ਕਰੀ ਕੋਈ ਵੀ ਇਦਾਂ। ਕੋਈ ਗੱਲ ਨੀ, ਇੰਨਾ ਨੀ ਡਰਨਾ ਚਾਹੀਦਾ, ਤੁਸੀਂ ਤੇ ਡਰਦੇ ਰਹਿੰਦੇ ਜੇ। ਪੁੱਤ ਸਾਨੂੰ ਪੁੱਛ ਕੇ ਵੇਖ ਅਸੀਂ ਕਿੱਦਾਂ ਟਾਈਮ ਪਾਸ ਕਰਨ ਡਏ ਆ। ਕੋਈ ਨਹੀਂ ਨਹੀਂ, ਹੁਣ ਇੱਦਾਂ ਗੱਲਾਂ ਕਰ ਲਈਆਂ ਵਾ, ਜੇ ਕਿਤੇ ਮੁੜ ਕੇ ਤੇਰਾ ਮਾਸੜ ਤੇਰੇ ਹੁੰਦਿਆਂ ਇੱਥੇ ਆਜੂਗਾ ਨਾ, ਤੇ ਕੋਈ ਗੱਲ ਨਾ ਕਰੀ, ਮੈਂ ਤੈਨੂੰ ਬਥੇਰਾ ਇੰਜ ਇੰਜ ਕਰਨ ਡਈ, ਚੁੱਪ ਚੁੱਪ ਤੂੰ ਮੇਰੀ ਵੱਲ ਵੇਂਦੀ ਹੈ ਨਹੀਂ ਗੀ। ਚੱਲ ਕੋਈ ਨੀ, ਚੱਲਦਾ ਥੋੜਾ ਬਹੁਤਾ ਪਾਸ। ਤੇ ਕੀ ਕਹਿੰਦਾ ਵਾ, ਕਿੱਥੇ ਜਾਣਾ ਵਾ, ਕੀ ਮੰਗਦਾ ਵਾ? ਟਰੈਕਟਰ ਮੰਗਦਾ ਹੀ ਆ। ਤੇ ਟਰੈਕਟਰ ਤੇ ਇੱਧਰ ਵਾ ਖੜਾ ਕੀਤਾ, ਚੱਲ ਲੈਣਾ ਉਹ ਟਾਇਨ। ਹੁਣ ਤਾਂ ਚੁੱਪ ਕਰ ਗਿਆ, ਤਰਾਂ ਕਿ ਜਾਣਾ ਵਾ, ਜਾਣਾ ਟਰੈਕਟਰ ਤੇ, ਜਾਣਾ ਵਾ। ਚਲੋ ਫਿਰ ਕੋਈ ਨੀ, ਲੈ ਜਾਓ ਲੈ ਜਾ, ਕੋਈ ਨੀ ਹਵੇਲੀ ਵਾਲ ਬਾਹਰ ਹੀ ਹੋਣੀ, ਇੱਥੇ ਸੋਨੂੰ ਹੋਣੀ। ਠੀਕ ਆ, ਚੱਲ ਕੋਈ ਨੀ, ਖੜਾ ਲਿਆ। ਉਹ ਤਾਂ ਮਾਸੜ ਨਾਲ ਨਾ ਗੱਲ ਕਰੀ ਕੋਈ ਵੀ, ਚੰਗਾ ਖੜਾ ਲਿਆ, ਕੋਈ ਨੀ ਲੈ ਜਾ ਟਰੈਕਟਰ ਹਵੇ ਇੱਧਰ। ਤੂੰ ਬੜੀ ਘੱਟ ਕਰਦੀ ਰਹੀ ਆ, ਚਲਾ ਭਾਵਾਂ ਮੈਂ ਜਿੱਦਾਂ ਦੀ ਇਹ ਨੀ, ਓਦਾਂ ਦਾ ਮੁੰਡਾ ਲਾਉਂਦਾ ਕਿਸੇ ਕੋਲ, ਇਹ ਨਹੀਂ ਕਢਾਉਂਦੇ ਨੀ ਆ। ਚਲਾ ਮੈਂ ਆਪਣਾ ਲੈ
ਪਹਿਲਾਂ ਤਾਂ ਟ੍ਰੈਕਟਰ ਤੇ ਮੈਣਾ ਹੁਣ ਮੁੱਕਰ ਗਿਆ ਜੀ। ਚੱਲ ਆ ਬਾਬਾ ਆ ਤੈਨੂੰ ਮੁਕਾ ਦਿੰਦਾ। ਲੈ ਬਾਬਾ ਆ ਜਾ ਆਈ।